लखना लखना जाई पुरख एक है इस जग में पुरख एक है सगली नार सबाई सगली नार न
ना आवे न जाई। एको पुरख है, पुरख एक है, और सगली आदि पुरख
तुम आदि पुरुष अपरंपर रत्ता तू आदि पुरुष अपरंपर रत्ता तुझ जेवन और न कोई पुरुष एक है तू जुग जुग एको तू जुग जुग एको सदा सदा तू एको जी पुरुष एक है तू घट घट अंतर सर्व निरंतर तू घट घट अंतर सर्व निरंतर जी तू एको पुरुष समाना पुरुष एक है आज वाला सब्जेक्ट जेड़ा संजा कर रहा बड़े टिकाऊ नाल एकाग्रचित हो के समझन समझान दी लोड़ है ये सब्जेक्ट ता कितों शुरू होया सी नाम की है नाम की है ते चलदा चलदा इत्थे आ रुकिया मूल मंत्र ते क्योंकि मूल मंत्र गुणा दा संग्रह है ते मसला सी भी गुण ही नाम है सतगुरु ने बाणी विच भी आख्या कहन लगे कीर्तन नाम करे कथे तेरे जेबा जेड़ा असी कहने ओ सारे तेरे कीर्तन नाम ने भाव जो कुछ तू करना है उंदे तो तेरा नाम पिया अगली लाइन सी सत नाम तेरा परापुर बला इसलिए तेरा नाम सत है बाकी संसार जेड़ा है उंदा नाम किसे ने रखिया क्योंकि वो किसे दी पदाइश है तू किसे दी पदाइश नहीं आपे आप निरंजन सोया है सह बन गए इसलिए तेरा नाम किसी ने रखा नहीं तेरे गुणा तो पिया है इसलिए सच्चा नाम है कि आप क्या नहीं इतने मसला ते जे गुणा तो तेरा नाम पिया है तो फिर गुण जड़े ने ओ मेल मेन रूप विच बेसिक श्री गुरु ग्रंथ साहब के आरंभ विच ही समझा दिते गए ने जिसका ना असी मूल मंत्र आखने मंगला चरण आखने ते उथों शुरू होया सी मूल मंत्र दी व्याख्या हर एक लफज नूं अलग अलग समझना पहला सी एक लफज को पा दिता क्योंकि वह जे गुणा का मालिक केवल इको है ओंकार है सारा पसारा हुंदा है ओ इको है ओंकार नाल एक जोड़ देता एक ओंकार क्योंकि बिना माता पिता दे नाम रखन दे है ओ भी इको है सतनाम अगला लफ़्ज़ सतनाम करन कारण प्रभ एक है इसलिए करता भी इको है ओंकार सतनाम करता इको है अज लफज असी पहुंचे हैं पुरख ते मूल मंत्र की व्याख्या चल अज लफज पुरख ते पहुंचे एक ख्याल करियो आम करके असी इस लफज नू इकट्ठा कर देने हैं पढ़न वाले करता पुरख अकाल पुरख पर ये लफज इकट्ठा नहीं श्री गुरु ग्रंथ साहब विच
ਮੰਗਲਾ ਚਰਨ ਇਹ ਜਿਹੜਾ ਹੈ ਜਿਸ ਨੂੰ ਅਸੀਂ ਮੂਲ ਮੰਤਰ ਆਖਦੇ ਹਾਂ ਕਿ ਇੱਕ ਵਾਰ ਨਹੀਂ ਬਹੁਤ ਵਾਰ ਹੈ। ਕਦੇ ਤੁਸੀਂ ਖੋਜ ਕੇ ਪੜ੍ਹ ਕੇ ਵੇਖੋ ਧਿਆਨ ਨਾਲ, ਜਿੰਨੀ ਵਾਰ ਵੀ ਆਇਆ ਮੂਲ ਮੰਤਰ ਦਾ ਰੂਪ, ਮੰਗਲਾ ਚਰਨ ਦਾ ਰੂਪ, ਉੱਥੇ ਕਰਤਾ ਅਤੇ ਪੁਰਖ ਦੋ ਲਫ਼ਜ਼ ਵੱਖ ਵੱਖ ਨੇ, ਇਕੱਠਾ ਨਹੀਂ ਕਿਤੇ ਵੀ। ਅਕਾਲ ਪੁਰਖ ਵੀ ਜਿੱਥੇ ਆਇਆ ਉੱਥੇ ਇਕੱਠਾ ਨਹੀਂ, ਕਰਤਾ ਪੁਰਖ ਵੀ ਜਿੱਥੇ ਜਿੱਥੇ ਆਇਆ ਉੱਥੇ ਇਕੱਠਾ ਬਿਲਕੁਲ ਨਹੀਂ। ਕਰਤਾ ਵੱਖਰਾ, ਪੁਰਖ ਵੱਖਰਾ, ਕਰਤਾ ਵੀ ਇੱਕ ਹੈ। ਅਤੇ ਅੱਜ ਹੁਣ ਪੁਰਖ ਦਾ ਵਿਚਾਰ ਹੈ। ਗੁਰੂ ਸਾਹਿਬ ਨੇ ਆਖਿਆ, ਇੱਕ ਖਿਆਲ ਸਮਝਣ ਵਾਲਾ ਕਿ ਗੁਰੂ ਕਹਿੰਦਾ ਹੈ ਪੁਰਖ ਵੀ ਇੱਕੋ ਹੈ। ਲਓ ਆਹ ਸਾਡੇ ਸਾਹਮਣੇ ਸਵਾਲ ਮਸਲਾ ਨਵਾਂ ਖੜਾ ਹੋ ਗਿਆ ਹੈ। ਹੋਰ ਕੋਈ ਪੁਰਖ ਨਹੀਂ, ਅਸੀਂ ਤਾਂ ਸਾਰੇ ਹੀ ਪੁਰਖ ਅਗਵਾਉਣੇ ਹਾਂ। ਸਮਝਣਾ ਪੈ ਜਾਣਾ, ਗੁਰੂ ਨੇ ਕਹਿ ਦਿੱਤਾ ਇਸ ਜੱਗ ਮੈਂ ਪੁਰਖ ਏਕ ਹੈ, ਇਸ ਸੰਸਾਰ ਵਿੱਚ ਪੁਰਖ ਇੱਕੋ ਹੀ ਹੈ। ਹੋਰ ਸਗਲੀ ਨਾਰ ਸਬਾਈ, ਬਾਕੀ ਸਭ ਔਰਤਾਂ ਨੇ। ਬਾਣੀ ਦੀ ਗਾਰੇ ਵਿੱਚ ਬਹੁਤ ਕੁਛ ਮਿਲਦਾ ਹੈ। ਮੈਂ ਤਾਂ ਕਈ ਵਾਰੀ ਸੋਚਣਾ, ਜਦੋਂ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਰਤਨਾ ਰਤਨ ਪਦਾਰਥ ਬਹੁਤ ਸਾਗਰ ਭਰਿਆ ਰਹੋ, ਅਤੇ ਅਗਲੀ ਲਾਈਨ ਵਿੱਚ ਆਖਿਆ ਨੇ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਜਦੋਂ ਗੁਰਬਾਣੀ ਸਾਗਰ ਦੀ ਵੈਗਰਾਈ ਕਰਨਾ ਤਾਂ ਮੈਂ ਵੇਖਣਾ ਰਤਨੀ ਰਤਨ ਪੈ ਕਿਹੜਾ ਛੱਡ ਦਿਆਂ, ਫਿਰ ਛੱਡਣ ਨੂੰ ਕੋਈ ਵੀ ਚਿੱਤ ਨਹੀਂ ਕਰਦਾ। ਇਸ ਲਈ ਖਿਲਾਰਾ ਵੱਧਦਾ ਜਾਂਦਾ। ਹੁਣ ਅੱਜ ਦਾ ਲਫ਼ਜ਼ ਹੈ ਪੁਰਖ ਏਕ ਹੈ, ਉਹ ਤਾਂ ਇੱਕੋ ਹੈ। ਜੇ ਕਰਤਾ ਇੱਕ ਹੈ ਤਾਂ ਪੁਰਖ ਵੀ ਇੱਕ ਹੈ। ਪਰ ਪੁਰਖ ਨੇ ਨਾਰ ਕਿਉਂ ਪੈਦਾ ਕੀਤੀ ਤੇ ਕਿਉਂ ਲੋੜ ਪਈ? ਕਿਉਂਕਿ ਆਪ ਹੀ ਨਿਯਮ ਬਣਾ ਦਿੱਤੇ, ਮਿਲ ਮਾਤ ਪਿਤਾ ਪਿੰਡ ਘੁਮਾਇਆ। ਜੈਸੇ ਮਾਤ ਪਿਤਾ ਪਿੰਡ ਬਾਲ ਨਾ ਹੋਈ, ਉੱਥੇ ਦੋਵਾਂ ਦਾ ਨਾਂ ਆ ਗਿਆ, ਔਰਤ ਤੇ ਪੁਰਖ ਦਾ, ਨਾਰ ਦਾ ਤੇ ਪੁਰਖ ਦਾ। ਹੁਣ ਪ੍ਰਭੂ ਨੇ ਇਹ ਤਾਂ ਨਿਯਮ ਬਣਾ ਦਿੱਤਾ ਵੀ ਕੋਈ ਵੀ ਉਪਜ ਜਿਹੜੀ ਹੈ ਉਹ ਦੋਵਾਂ ਦੇ ਸੁਮੇਲ ਤੋਂ ਹੋਣੀ, ਦੋਵਾਂ ਦੇ ਸੁਮੇਲ ਤੋਂ ਹੋਣੀ। ਮਿਲ ਮਾਤ ਪਿਤਾ ਪਿੰਡ ਘੁਮਾਇਆ, ਜੈਸੇ ਮਾਤ ਪਿਤਾ ਬਿਨਵਾਲ ਨਾ ਹੋਈ। ਤੋ ਨਿਰੰਕਾਰ ਨੇ, ਅਕਾਲ ਪੁਰਖ ਨੇ, ਜਿਹੜਾ ਇੱਕੋ ਪੁਰਖ ਹੈ, ਜਦੋਂ ਉਹਨੂੰ ਜ਼ਰੂਰਤ ਪਈ ਸੰਸਾਰ ਸਿਰਜਣ ਦੀ, ਉਪਜ ਦੀ, ਸੰਸਾਰ ਸਿਰਜਣ ਦੀ ਲੋੜ ਪਈ, ਉਹਨੇ ਉਹ ਨਿਯਮ ਵੇਖਿਆ। ਅਸੀਂ ਅੱਜ ਦੀ ਸਾਇੰਸ, ਮੈਡੀਕਲ ਸਾਇੰਸ ਵੀ ਇਹ ਗੱਲ ਮੰਨਦੀ ਹੈ ਕਿ ਪੁਰਖ ਵਿੱਚ ਪੁਰਖ ਦਾ ਅੰਸ਼ ਹੈ, ਪਰ ਜਨਮ ਦੇਣ ਵਾਲੀ ਉਸ ਅੰਸ਼ ਨੂੰ ਔਰਤ ਹੈ। ਆਦਮੀ ਆਪਣੀ ਅੰਸ਼ ਨੂੰ ਆਪੇ ਜਨਮ ਨਹੀਂ ਦਿੰਦਾ, ਜਨਮ ਦੇਣ ਵਾਲੀ ਉਸ ਅੰਸ਼ ਨੂੰ ਔਰਤ ਹੈ, ਨਾਰ ਹੈ। ਹੁਣ ਨਿਰੰਕਾਰ ਨੇ ਜਦੋਂ ਸੰਸਾਰ ਦੀ ਇਸ ਉਪਜ ਦੀ ਕਰਤਾ ਹੋਣ ਦੇ ਨਾਤੇ, ਸਿਰਜਣਹਾਰ ਹੋਣ ਦੇ ਨਾਤੇ, ਸੰਸਾਰ ਦੀ ਸਿਰਜਣਾ ਕਰਨੀ ਸੀ, ਉਹਨੂੰ ਵੀ ਲੋੜ ਸੀ ਨਾਲ ਨਾਰ ਦੀ, ਫਿਰ ਕੀ ਹੋਇਆ? ਗੁਰੂ ਹਰ ਗੱਲ ਦਾ ਜਵਾਬ ਦੇ ਰਹੇ ਨੇ, ਕਹਿੰਦੇ ਨੇ ਰੰਗੀ ਰੰਗੀ ਬਹਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਉਪਾਈ। ਪਹਿਲਾਂ ਮਾਇਆ ਦੀ ਸਿਰਜਣਾ ਕੀਤੀ, ਆਖਿਆ ਇਹ ਸੰਸਾਰ ਜਿੰਨਾ ਹੈ ਉਹ ਮਾਇਆ ਉਹਨੂੰ ਜਨਮ ਦੇਗੀ, ਅੰਸ਼ ਮੇਰੀ ਹੋਏਗਾ। ਬਾਬਾ ਕਬੀਰ ਜੀ ਨੇ ਕਿਉਂ ਲਫ਼ਜ਼ ਕਹਿਤਾ? ਕਹਿ ਕਬੀਰ ਹਮ ਰਾਮ ਕੀ ਅੰਸ਼, ਅੰਸ਼ ਹੁੰਦੀ ਹੈ, ਅੰਸ਼ ਉਸ ਮਾਲਕ ਦੀ ਹੈ, ਪਰ ਜਨਮ ਮਾਇਆ ਤੋਂ ਹੈ।
ਇਸੇ ਲਈ ਗੁਰਬਾਣੀ ਨੇ ਇੱਕ ਗੱਲ ਹੋਰ ਸਪਸ਼ਟ ਕਰ ਦਿੱਤੀ। ਕਹਿਣ ਲੱਗੇ ਤਿੰਨਾਂ ਗੁਣਾਂ ਵਿੱਚ ਸੰਸਾਰ ਵੰਡਿਆ ਗਿਆ, ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ। ਅਤੇ ਇਹ ਸਾਰਾ ਸੰਸਾਰ ਮਾਇਆ ਦੀ ਉਪਜ ਹੈ, ਇਸ ਲਈ ਕਹਿ ਦਿੱਤਾ ਰਾਜਗੁਣ, ਤਮ ਗੁਣ, ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਬੜਾ ਸਪਸ਼ਟ ਗੁਰਬਾਣੀ ਦੇ ਹਰ ਗੱਲ ਨੂੰ ਸਪਸ਼ਟ ਕਰ ਲੈਣ। ਕਹਿੰਦੇ ਨੇ ਤਿੰਨਾਂ ਗੁਣਾਂ ਤ੍ਰੈ ਗੁਣੀ ਸੰਸਾਰ ਜਿਹੜਾ ਹੈ, ਇਹ ਸਾਰਾ ਮਾਇਆ ਦੀ ਉਪ ਜਨਮ ਇਹਨੂੰ ਮਾਇਆ ਦੇ ਰਹੀ ਹੈ। ਅਤੇ ਇਸੇ ਲਈ ਪੁਰਖ ਅੰਸ਼ ਵਿੱਚ ਹੁੰਦਿਆਂ ਹੋਇਆਂ ਵੀ ਜੀਵਨ ਅੰਦਰ ਜਿਹੜੀ ਪੈਦਾਇਸ਼ ਹੋਈ ਹੈ ਉਹ ਕਿਉਂਕਿ ਮਾਂ ਕੋਲੋਂ, ਮਾਇਆ ਕੋਲੋਂ ਹੋਈ ਹੈ। ਅਤੇ ਜਦੋਂ ਵੀ ਸੰਸਾਰ ਅੰਦਰ ਪੁੱਤਰ ਖਵਾਉਂਦਾ ਹੈ, ਉਹਦੇ ਵਿੱਚ ਵਿਚਾਰ, ਉਹਦੇ ਵਿੱਚ ਪਾਲਣ ਪੋਸ਼ਣ ਅਤੇ ਉਹਦੇ ਵਿੱਚ ਸਾਰਾ ਕੁਝ ਫੀਡ ਹੁੰਦਾ ਹੈ ਪਿਓ ਅਤੇ ਮਾਂ ਦੋਵਾਂ ਦਾ, ਦੋਵਾਂ ਦਾ। ਸਤਿਗੁਰੂ ਨੇ ਕਿਉਂ ਬਾਣੀ ਵਿੱਚ ਕਹਿ ਦਿੱਤਾ ਕਿ ਜਦੋਂ ਜਨਮ ਲੈਂਦਾ ਹੈ ਉਦੋਂ ਮਾਂ ਦੇ ਪੈਰੇ ਵਿੱਚ, ਮਾਂ ਦੀ ਗੋਦੀ ਵਿੱਚ ਆਉਂਦਾ ਹੈ, ਕਿਉਂਕਿ ਜਨਮ ਉਹ ਨਹੀਂ ਦਿੱਤਾ। ਪਿਤਾ ਤਾਂ ਕਈ ਵਾਰੀ ਵਿਦੇਸ਼ ਕਿਹਾ ਹੁੰਦਾ, ਬੱਚੇ ਦਾ ਜਨਮ ਹੋ ਜਾਂਦਾ। ਵਿਦੇਸ਼ ਗੁਰੂ ਨੇ ਕਿਉਂ ਕਹਿ ਦਿੱਤਾ? ਕਹਿਣ ਲੱਗੇ ਜਦੋਂ ਜਨਮ ਲੈਂਦਾ ਹੈ ਹੋਇਆ ਕਿ ਦਸ ਮਾਸ ਮਾਤਾ ਉਧਰ ਰੱਖਿਆ, ਫਿਰ ਕੀ ਹੋਇਆ? ਬਹੁਤ ਲੱਗ ਗਈ ਮਾਇਆ। ਕਹਿਣ ਲੱਗੇ ਜਾਂ ਤੇ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਭਾਇਆ, ਪਰ ਹੋਇਆ ਕਿ ਲਿਵ ਲੱਗੀ। ਜਦੋਂ ਜਨਮ ਲਿਆ ਲਿਵ ਲੱਗੀ, ਤ੍ਰਿਸ਼ਨਾ ਲੱਗੀ, ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਹੁਣ ਮਾਇਆ ਦੀ ਮਰਜ਼ੀ ਤੇ ਹੋ ਗਈ, ਚੋਦੀ ਤਾਂ ਗੋਦੀ ਤਾਂ ਉਹਦੀ ਪਿਆ। ਨਰਸ ਨੇ, ਦਾਈ ਨੇ ਜਨਮ ਤੋਂ ਬਾਅਦ ਮਾਂ ਦੀ ਗੋਦੀ ਵਿੱਚ ਪਾਇਆ, ਪਹਿਲਾ ਸੰਬੰਧ ਮਾਂ ਨਾਲ ਜੁੜ ਗਿਆ। ਅਤੇ ਗੁਰੂ ਨੇ ਵੀ ਇਹੋ ਪੁਰਸ਼ ਮਨੁੱਖੀ ਸੰਸਾਰ ਦੀ ਜਿੰਨੀ ਜੀਵਾਂ ਦੇ ਸੰਸਾਰ ਦੀ ਉਪਜ ਸੀ ਉਹਦਾ ਉਹੋ ਹੀ ਰੂਪ ਦਿੱਤਾ। ਕਹਿਣ ਲੱਗੇ ਜਾਂ ਤਿਸ ਬਹਾਣਾ ਤਾਂ ਜੰਮਿਆ, ਪਰਿਵਾਰ ਭਲਾ ਬਹਾਇਆ, ਲਿਵ ਛੁੱਟੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਅਤੇ ਉਹ ਨਾਰ ਹੈ, ਮਾਇਆ ਕੀ ਹੈ? ਹੁਣ ਸਾਰੀ ਜ਼ਿੰਦਗੀ, ਸਾਰਾ ਸੰਸਾਰ ਜਿਹੜਾ ਹੈ ਉਹ ਮਾਇਆ ਦੀ ਗੋਦੀ ਵਿੱਚ ਪਲ ਰਿਹਾ। ਉਹਦਾ ਅਸਰ, ਦੁੱਧ ਵੀ ਉਸਦਾ ਪੀ ਰਿਹਾ, ਲੋਰੀਆਂ ਵੀ ਉਸਦੀਆਂ ਸੁਣ ਰਿਹਾ, ਮਾਇਆ ਦਾ ਸੰਬੰਧ ਜ਼ਿਆਦਾ ਜੁੜ ਗਿਆ। ਪਰ ਪੁਰਖ ਇੱਕ ਹੈ, ਨਿਰੰਕਾਰ ਨੇ ਦੋਨੋਂ ਚੀਜ਼ਾਂ ਅੰਦਰ ਰੱਖ ਦਿੱਤੀਆਂ। ਇਸ ਲਈ ਬਾਣੀ ਅੰਦਰ ਹਰ ਗੱਲ ਦਾ ਜਵਾਬ ਆ ਗਿਆ। ਗੁਰੂ ਨੇ ਬਾਣੀ ਵਿੱਚ ਆਖਿਆ, ਮਾਇਆ ਬ੍ਰਹਮ ਰਮੈ ਸਭ ਸੰਗ। ਗੁਰਬਾਣੀ ਦੀ ਤੁਕ ਹੈ, ਮਾਇਆ ਅਤੇ ਬ੍ਰਹਮ। ਪ੍ਰਭੂ ਨੇ ਆਪਣੀ ਜੋਤ ਵੀ ਅੰਦਰ ਰੱਖ ਦਿੱਤੀ ਅਤੇ ਮਾਇਆ ਦਾ ਸੁਭਾਅ ਵੀ ਰੱਖ ਦਿੱਤਾ। ਦੋਨੋਂ ਚੀਜ਼ਾਂ ਇਕੱਠੀਆਂ ਰਹਿ ਰਹੀਆਂ ਨੇ ਅੰਦਰ। ਹੁਣ ਕਿੰਦੀ ਬਹੁਤਾਤ, ਕਿੰਦਾ ਅਸਰ ਜ਼ਿਆਦਾ ਕਬੂਲਦਾ? ਇਹ ਜੀਵਨ ਅੰਦਰ ਹੋ ਬਦਲ ਗਿਆ। ਬਸ ਦੋਨੋਂ ਅੰਦਰ ਜੋਤ ਵੀ ਜਿਹੜੀ ਹੈ ਸਾਡਾ ਜੀ, ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਸਭ ਮੈਂ ਜੋਤ, ਜੋਤ ਹੈ ਸੋਏ। ਸਾਰਿਆਂ ਵਿੱਚ ਜੋਤ ਪਰਮਾਤਮਾ ਦੀ ਹੈ, ਅੰਸ਼ ਉਹਦੀ ਹੈ, ਪਰ ਨਾਲ ਮਾਇਆ ਵੀ ਅੰਦਰ ਟਿੱਕੀ ਹੋਈ ਹੈ, ਸੁਭਾਅ ਹੁੰਦਾ, ਕਿਉਂਕਿ ਉਹਦੀ ਗੋਦੀ ਵਿੱਚ ਪਲ ਰਹੇ, ਉਹਦੇ ਦੁੱਧ ਤੋਂ ਪਲ ਰਹੇ। ਜਿੰਨਾ ਪਦਾਰਥ ਹੈ ਉਹ ਉਹਦੇ ਜ਼ਰੀਏ ਉਹਦੇ ਮੂੰਹ ਤੱਕ ਪਹੁੰਚ ਰਿਹਾ। ਭਾਵੇਂ ਕਮਾਈ ਬਾਪ ਕਰੇ, ਪਰ ਮੂੰਹ ਵਿੱਚ ਗ੍ਰਾਹੀ ਤਾਂ ਮੂੰਹ ਵਿੱਚ ਦੁੱਧ ਦੇ ਤਾਂ ਉਸੇ ਨੇ ਦੇਣਾ। ਕਹਿਣ ਲੱਗੇ ਉਹਦਾ ਨਤੀਜਾ ਨਿਕਲਿਆ, ਮਾਇਆ ਦਾ ਅਸਰ ਜ਼ਿਆਦਾ ਕਬੂਲਣ ਲੱਗ ਪਿਆ। ਪਰ ਸਤਿਗੁਰੂ ਇੱਕ ਗੱਲ ਸਮਝਾਉਣਾ ਚਾਹੁੰਦੇ ਨੇ। ਕਹਿੰਦੇ ਨੇ ਕਿ ਵੇਖੀ, ਇੱਕ ਖਿਆਲ ਕਰੀ, ਇੱਕ ਲਫ਼ਜ਼ ਅੱਗੇ ਜਾ ਕੇ ਕਹਿ ਰਿਹਾ ਆਪਣੀ ਰਸਤ। ਉਹ ਕਹਿੰਦੇ ਨੇ ਪੁਰਖੈ ਸੇਵੈ ਸੇ ਪੁਰਖ ਹੋਏ। ਪੂਜਾ ਅਕਾਲ ਦੀ, ਪੂਜਾ ਬ੍ਰਹਮ ਦੀ ਹੈ, ਪੂਜਾ
ਪ੍ਰਭੂ ਦੀ ਹੈ ਉਹਨੂੰ ਕਿਤੇ ਭੁੱਲ ਨਾ ਜਾਈ, ਕਿਤੇ ਲੋਰੀਆਂ ਵਿੱਚ ਹੀ ਮਸਤ ਨਾ ਹੋ ਜਾਈ। ਇਸ ਲਈ ਤੈਨੂੰ ਇੱਕ ਗੱਲ ਸਮਝਾਉਣਾ ਚਾਹੁੰਦਾ, ਅੰਸ਼ ਤੂੰ ਕਹਿੰਦੀ ਹੈ। ਹੁਣ ਬਾਬਾ ਕਬੀਰ ਨੇ ਜੇ ਇਹ ਗੱਲ ਆਖੀਏ ਕਹੋ ਕਬੀਰ ਹਮ ਰਾਮ ਕੀ ਅੰਸ਼, ਤਾਂ ਉਹਦਾ ਮਤਲਬ ਉਹ ਕਹਿੰਦਾ ਮੇਰੇ ਅੰਦਰ ਜੋਤ ਤਾਂ ਆਉਂਦੀ ਹੈ, ਪਦਾਰਥ ਮਾਇਆ ਦੇ ਗੋਦੀ ਮਾਇਆ ਦੀ, ਲੋਰੀਆਂ ਮਾਇਆ ਦੀਆਂ ਨੇ, ਉਹਨਾਂ ਦੋਵਾਂ ਨੇ ਮਿਲ ਕੇ ਆਪਣਾ ਇਹ ਕਾਜ ਰਚਾਇਆ ਸੰਸਾਰ। ਅਤੇ ਆਖ ਤੈ ਰਜ ਗੁਣ ਤਮ ਗੁਣ ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ ਸੰਸਾਰ ਦੀ। ਅਤੇ ਨਾਲ ਗੁਰੂ ਨੇ ਇੱਕ ਗੱਲ ਕਹਿ ਦਿੱਤੀ, ਇੱਕ ਗੱਲ ਦਾ ਖਿਆਲ ਰੱਖੀ, ਉਹ ਇਹ ਕਿ ਪੁਰਖ ਹੈ ਸੇਵਾ ਸੇ ਪੁਰਖ ਹੈ, ਕਿਤੇ ਪੂਜਾ ਸੇਵਾ ਆਪਣੀ ਭਗਤੀ ਉਹ ਮਾਇਆ ਦੀ ਨਾ ਕਰਨ ਲੱਗ ਪਏ। ਬਾਪੂ ਨੂੰ ਯਾਦ ਰੱਖੀ ਉਹਨੇ, ਇਹ ਮਾਤਾ ਇਹ ਮਾਇਆ ਜਿਹੜੀ ਹੈ ਉਹ ਸਿਰਫ ਸਿਰਜਣਾ ਲਈ ਨਿਸ਼ਚਿਤ ਕੀਤੀ ਹੈ, ਪਾਲਕ ਉਹ ਹੀ ਹੈ, ਸਿਰਜਣਾ ਲਈ ਨਿਸ਼ਚਿਤ ਕੀਤੀ ਹੈ। ਪਰ ਐਸਾ ਨਾ ਹੋਵੇ ਕਿਤੇ ਮਾਂ ਦੀਆਂ ਲੋਰੀਆਂ ਵਿੱਚ, ਮਾਂ ਦੇ ਪਦਾਰਥ, ਮਾਂ ਦੇ ਚਮਚ ਨਾਲ ਮੂੰਹ ਵਿੱਚ ਗ੍ਰਾਹੀ ਜਾਂ ਚਮਚ ਨਾਲ ਮੂੰਹ ਵਿੱਚ ਫੀਡ ਕਰਨ ਦੇ ਪ੍ਰਭਾਵ ਥੱਲੇ ਬਾਪੂ ਨੂੰ ਭੁੱਲ ਜਾਏ। ਪੁਰਖ ਹੈ ਸੇਵਾ ਸੇ ਪੁਰਖ ਹੋਏ, ਬਲਕਿ ਇੱਥੋਂ ਤੱਕ ਕਹਿ ਦਿੱਤਾ, ਕਹਿਣ ਲੱਗੇ ਮਹਾਮਾਈ ਕੀ ਪੂਜਾ ਕਰੇ। ਜੇ ਪੁਰਖ ਦੀ ਪੂਜਾ ਛੱਡ ਦੇਵੇ, ਸਿਰਫ ਮਾਇਆ ਦੀ ਪੂਜਾ ਤੇ ਲੱਗ ਪਵੇ, ਆਖੇ ਵੀ ਮੈਨੂੰ ਤੇ ਸਭ ਕੁਝ ਦਿੰਦੀ, ਮੈਂ ਪਿਤਾ ਕੋਲੋਂ ਕੀ ਲੈਣਾ। ਕਹਿਣ ਲੱਗੇ ਮਹਾਮਾਈ ਕੀ ਪੂਜਾ ਕਰੇ, ਫਿਰ ਕੀ ਹੋਏਗਾ, ਨਰ ਸੇ ਨਾਰ ਹੋਏ ਉਤਰੇ ਗੁਰਬਾਣੀ ਦਾ। ਇਸ ਲਈ ਤੈਨੂੰ ਆਪਣੇ ਪਿਤਾ ਦੀ ਅੰਸ਼ ਬਣਿਆ ਰਹਿਣ ਲਈ ਪ੍ਰਭੂ ਦੀ ਪੂਜਾ, ਪ੍ਰਭੂ ਦੀ ਸੇਵਾ, ਪ੍ਰਭੂ ਦੀ ਭਗਤੀ ਵਿੱਚ, ਪ੍ਰਭੂ ਦੀ ਯਾਦ ਵਿੱਚ ਜੁੜਨਾ ਪਏਗਾ, ਮਾਇਆ ਦੀ ਯਾਦ ਵਿੱਚ ਨਹੀਂ। ਲਫ਼ਜ਼ ਭਾਵੇਂ ਮਾਂ ਦਾ ਵਰਤਿਆ, ਪਰ ਗੱਲ ਮਸਲਾ ਇੱਥੇ ਮਾਇਆ ਦਾ, ਕਿਉਂਕਿ ਅਕਾਲ ਪੁਰਖ ਨੇ ਸੰਸਾਰ ਦੀ ਸਿਰਜਣਾ ਲਈ ਨਾਲ ਮਾਇਆ ਨੂੰ ਜਨਮ ਦੇਣਾ ਸੀ। ਰੰਗੀ ਰੰਗੀ ਬਹੱਤੀ ਕਰ ਜਿਨਸੀ ਮਾਇਆ ਜਿਨ ਉਪਾਈ, ਫਿਰ ਤੇ ਉਹਦੇ ਰਾਹੀਂ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਇਹ ਦੋ ਚੀਜ਼ਾਂ ਨੂੰ ਸਮਝਣ ਲਈ ਗੁਰੂ ਨੇ ਇੱਕ ਫੈਸਲਾ ਦੇ ਦਿੱਤਾ, ਕਹਿਣ ਲੱਗੇ ਤੈਨੂੰ ਪਤਾ ਹੋਵੇ ਕਿ ਪੁਰਖ ਇੱਕੋ ਹੈ, ਕਿਉਂਕਿ ਰੱਬ ਕਈ ਨਹੀਂ ਹੋ ਸਕਦੇ। ਬਾਕੀ ਸੰਸਾਰ ਜਿਹੜਾ ਹੈ ਉਹ ਮਾਇਆ ਦੀ ਉਪਜ ਹੈ, ਇਸ ਲਈ ਸੰਸਾਰ ਬਹੁ ਗਿਣਤੀ ਵਿੱਚ ਹੈ, ਉਹ ਇੱਕ ਨਹੀਂ, ਕਿਉਂਕਿ ਮਾਇਆ ਦੀ ਉਪਜ ਜਨਮ ਦੇਣ ਵਾਲੀ ਹੈ। ਦੇਖਣਾ ਇਹ ਹੈ ਕਿ ਮਾਂ ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਜਿੰਨੀ ਸੰਤਾਨ ਨੂੰ ਜਨਮ ਦੇਣ ਵਾਲੀ ਸ਼ਕਤੀ ਰੱਖਦੀ ਹੋਵੇ ਦੇ ਸਕਦੀ ਹੈ, ਉਹ ਸ਼ਕਤੀ ਹੈ ਨਾ। ਪ੍ਰਭੂ ਤੇ ਮਾਇਆ ਵਿੱਚ ਫਰਕ ਕੀ ਹੈ, ਉਹ ਸ਼ਕਤੀ ਹੈ, ਉਹ ਸ਼ਕਤੀਵਾਨ ਹੈ। ਦੋਹਾਂ ਦੇ ਲਾਵਾਂ ਚ ਸ਼ਕਤੀਵਾਨ ਦਾ ਮਤਲਬ ਹੁੰਦਾ ਹੈ ਸ਼ਕਤੀ ਬੇਸ਼ੱਕ ਵੱਖਰੀ ਹੈ ਪਰ ਮੁੱਠੀ ਉਹਦੀ ਵਿੱਚ ਹੈ। ਜਿਹਦੇ ਹੁਕਮ ਨਾਲ ਸ਼ਕਤੀ ਵਰਤਦੀ ਹੋਵੇ ਉਹਨੂੰ ਕੀ ਕਹਿੰਦੇ ਨੇ, ਸ਼ਕਤੀਵਾਨ। ਅਕਾਲ ਪੁਰਖ ਜਿਹੜਾ ਹੈ ਉਹ ਸ਼ਕਤੀਵਾਨ ਹੈ। ਮਾਇਆ ਦਾਸੀ ਭਗਤਾਂ ਕੀ ਕਾਰਕ, ਸਤਿਗੁਰੂ ਨੇ ਬਾਣੀ ਵਿੱਚ ਆਖੀ, ਕਹਿਣ ਲੱਗੇ ਪਾਸ ਨਾਰਦ ਸਾਰਦ ਕਰੇ ਖਵਾਸੀ, ਪਾਸ ਬੈਠੀ ਬੀਬੀ ਕਮਲਾ, ਕਮਲਾ ਦਾ ਮਤਲਬ ਇੱਥੇ ਮਾਇਆ ਹੈ, ਪਾਸ ਬੈਠੀ ਬੀਬੀ ਕਮਲਾ ਦਾਸੀ, ਉਹ ਨਾਲ ਬੈਠੀ ਹੈ, ਨਾਲ ਬਿਠਾ ਲਿਆ ਪਰ ਦਾਸੀ ਬਣਾ ਕੇ ਹੁਕਮ ਵਿੱਚ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਮਾਇਆ ਸੰਸਾਰ ਅੰਦਰ ਇੱਕ ਸ਼ਕਤੀ ਹੈ ਪਰ ਉਹ ਸ਼ਕਤੀ ਜੋ ਤੇਰੇ ਤੱਕ ਪਹੁੰਚਦੀ ਹੈ ਉਹ ਉਸ ਮਾਲਕ ਦੇ
ਹੁਕਮ ਵਿੱਚ ਪਹੁੰਚਦੀ ਹੈ। ਇਸ ਲਈ ਤੂੰ ਜੁੜਨਾ ਪੂਜਾ ਜਿਹੜੀ ਹੈ, ਨੇਮ ਜਿਹੜਾ ਹੈ, ਸਭਗਤੀ ਜਿਹੜੀ ਹੈ, ਉਹ ਪੁਰਖ ਦੀ ਕਰਨੀ ਹੈ। ਇਹ ਸਮਝ ਕੇ ਕਿ ਮੈਂ ਜੇ ਉਹ ਨਾ ਹੁੰਦਾ ਮੇਰਾ ਜਨਮ ਹੀ ਨਾ, ਇਹਨੂੰ ਇਕੱਲੀ ਮਾਤਾ ਜਨਮ ਨਹੀਂ ਦੇ ਸਕਦੀ। ਔਰ ਪਿਤਾ ਨੇ ਮਹਿਸੂਸ ਕੀਤਾ ਹੈ ਕਿ ਜਨਮ ਦੇਣ ਵਾਸਤੇ ਮਾਤਾ ਚਾਹੀਦੀ ਹੈ। ਪਰ ਪੁਰਖ ਵਿੱਚ ਇੱਕ ਪੁਰਖ ਦਾ ਅੰਸ਼ ਹੈ ਜਿਹੜਾ ਹਰ ਜੀਵ ਦੇ ਅੰਦਰ ਜੋਤ ਬਣ ਕੇ ਬੈਠਾ ਹੈ। ਮਾਇਆ ਵੀ ਅੰਦਰ ਟਿਕ ਗਈ ਹੈ ਸੁਭਾਅ ਕਰਕੇ, ਕਾਰਨ ਕਿਉਂਕਿ ਉਹਦੀ ਗੋਦੀ ਵਿੱਚ ਸੰਸਾਰ ਭਲਿਆ ਹੈ। ਇਸ ਲਈ ਗੁਰੂ ਨੇ ਇੱਕ ਲਫ਼ਜ਼ ਵਿੱਚ ਇਸ ਗੱਲ ਦਾ ਫੈਸਲਾ ਕਰ ਦਿੱਤਾ। ਮਾਇਆ ਬ੍ਰਹਮ ਰਮੈ ਸਭ ਸੰਗ, ਸਾਰਿਆਂ ਦੇ ਨਾਲ ਮਾਇਆ ਵੀ ਅਤੇ ਬ੍ਰਹਮ ਵੀ, ਉਹਦੀ ਜੋਤ ਵੀ, ਦੋਨੋਂ ਚੀਜ਼ਾਂ ਬੈਠੀਆਂ ਨੇ। ਜੇ ਮਾਇਆ ਨਾ ਹੁੰਦੀ ਤਾਂ ਸੰਸਾਰ ਦਾ ਪਸਾਰਾ ਨਾ ਹੁੰਦਾ, ਜੇ ਜੋਤ ਨਾ ਹੁੰਦੀ ਤਾਂ ਜੀਵਨ ਨਾ ਮਿਲਦਾ। ਹਰ ਜੀਵ ਦੇ ਅੰਦਰ ਜਿਹੜੀ ਜੋਤ ਵਰਤ ਰਹੀ ਹੈ ਇਹੋ ਹੀ ਜੀਵਨ ਹੈ। ਪਰ ਇੱਕ ਗੱਲ ਸਮਝਣੀ ਹੈ ਕਿ ਮਾਇਆ ਦਾ ਸੰਸਾਰ ਜਿਹੜਾ ਹੈ ਉਹ ਬਹੁਤ ਰੂਪਾਂ ਵਿੱਚ ਹੈ, ਪਰ ਅੰਸ਼ ਇੱਕੋ ਪਿਤਾ ਦੀ ਹੈ। ਮਾਂ 10 ਬੱਚਿਆਂ ਨੂੰ ਜਨਮ ਦੇ ਸਕਦੀ ਹੈ, ਪਰ ਅੰਸ਼ ਇੱਕੋ ਪਿਤਾ ਦੀ ਹੈ, ਇੱਕੋ ਪੁਰਖ ਦੀ ਹੈ। ਇਸ ਲਈ ਗੁਰੂ ਨੇ ਇਹ ਫੈਸਲਾ ਦਿੱਤਾ ਤਾਂ ਕਿ ਮਨੁੱਖ ਇੱਕ ਨਾਲ ਜੁੜੇ। ਮੈਂ ਉਸ ਦਿਨ ਵੀ ਲਫ਼ਜ਼ ਕਿਹਾ ਸਨ ਵੀ ਮੂਲ ਮੰਤਰ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਇੱਕ ਤੋਂ ਕਿ ਸ਼ੁਰੂ ਹੋਇਆ ਹੈ, ਇੱਕ ਤੋਂ ਸ਼ੁਰੂ ਹੋਇਆ। ਓਮਕਾਰ ਵੀ ਬਾਅਦ ਵਿੱਚ ਲਿਖਿਆ ਹੈ, ਇੱਕ ਪਹਿਲਾਂ ਹੈ। ਅਤੇ ਫਿਰ ਮੈਂ ਇੱਕ ਲਫ਼ਜ਼ ਉਹ ਵੀ ਕਰਦਾ ਸਨ ਵੀ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੱਖਰਾਂ ਵਿੱਚ ਵੀ ਆਇਆ, ਈੜੀ ਨੂੰ ਇਸ ਆਰੀ ਅਤੇ ਕੱਕਾ ਇੱਕ, ਪਰ ਨਹੀਂ ਇੱਥੇ ਉਹ ਨਹੀਂ ਵਰਤਿਆ। ਇੱਥੇ ਇੱਕ ਲਫ਼ਜ਼ ਹਿੰਸੇ ਦਾ ਵਰਤਿਆ, ਅਤੇ ਹਿੰਸੇ ਦਾ ਮੈਂ ਇੱਕ ਲਫ਼ਜ਼ ਜਿਹੜਾ ਹੈ ਉਹਦੇ ਸੰਬੰਧ ਵਿੱਚ ਅਰਜ਼ ਕੀਤੀ ਸੀ ਵੀ ਉਹਦਾ ਰੂਪ ਕਦੀ ਬਦਲਦਾ ਨਹੀਂ, ਉਹਨੂੰ ਇੱਕ ਹੀ ਆਖਦੇ ਨੇ। ਅੱਗੇ ਇੱਕੋ ਇੱਕਾ ਕਈ ਲਫ਼ਜ਼ ਨੇ ਉਹ ਅੱਖਰਾਂ ਵਿੱਚ ਨੇ, ਪਰ ਇੱਕ ਲਫ਼ਜ਼ ਜਿਹੜਾ ਹੈ ਹਿੰਸੇ ਵਿੱਚ ਪਾਇਆ, ਅਤੇ ਇਸੇ ਲਈ ਪਾਇਆ ਕਿਉਂਕਿ ਇੱਕ ਦਾ ਨਾ ਲਫ਼ਜ਼ ਬਦਲਦਾ ਨਾ ਉਚਾਰਨ ਬਦਲਦਾ, ਉਹ ਇੱਕੋ ਹੈ। ਇਸੇ ਲਈ ਪਹਿਲੇ ਲਫ਼ਜ਼ ਤੋਂ ਓਂਕਾਰ ਨਾਲ ਵੀ ਇੱਕ, ਸਤਨਾਮ ਵੀ ਇੱਕੋ ਹੈ, ਕਰਤਾ ਵੀ ਇੱਕੋ ਹੈ ਅਤੇ ਪੁਰਖ ਵੀ ਇੱਕੋ ਹੈ। ਇਸ ਦਾ ਫੈਸਲਾ ਗੁਰਬਾਣੀ ਆਪ ਕਰ ਰਹੀ ਅਤੇ ਆਖਦੀ ਇਸ ਜੱਗ ਮੈਂ ਪੁਰਖ ਇੱਕ ਹੈ, ਇਸ ਜੱਗ ਜਿਹੜਾ ਪਹਿਲਾਂ ਹਿੰਸੇ ਵਿੱਚ ਪਾ ਦਿੱਤਾ ਹੈ ਉਹਨੂੰ ਤੁਸੀਂ ਵੇਖੋ ਕਿ ਸਾਰੇ ਮੂਲ ਮੰਤਰ ਨਾਲ ਜੋੜਿਆ ਹੈ। ਮੂਲ ਮੰਤਰ ਵਿੱਚ ਜਿਹੜੇ ਬੇਸਿਕ ਗੁਣ ਆਏ ਨੇ ਨਾ, ਉਹਨਾਂ ਨੂੰ ਮੈਂ ਵੱਖ ਵੱਖ ਇਸੇ ਲਈ ਤੁਹਾਡੇ ਸਾਹਮਣੇ ਰੱਖ ਲਿਆ।
कि ओंकार पहले रखे, फिर सतनाम करता ते अज पुरख है। अगे भी जिन्ने लफज मूल मंत्र विच गुण आए ने उन्हां दे नाल एक शब्द का संबोधन है ताकि मनुख एक नाल जोड़ सके, जुड़ सके। साडा दुखांत असी एक नाल नहीं जुड़ रहे, ना साडा गुरु एक। और तुसीं हैरान होवोगे श्री गुरु ग्रंथ साहिब विच, क्योंकि गुरु दा ते रब दी अभेदता है, इसलिए श्री गुरु ग्रंथ साहिब सारा पढ़ लो, सारा पढ़ लो। उन्दे विच सतगुरु नाल भी पुरख लफज आया है, नार नहीं। श्री गुरु ग्रंथ साहिब नाल विच सारा श्री गुरु ग्रंथ साहिब पढ़ के खोज के वेखोगे, जिवें श्री गुरु ग्रंथ साहिब विच अकाल नाल प्रभु नाल पुरख लफज कह दिता है ना, भी नानक इस जग में पुरख एक है। और दरम्यान विच भी जिन्नी बार प्रभु दा नाम आया पुरख वाचक। इस तरह गुरु दा नाम भी जिन्नी बार श्री गुरु ग्रंथ साहिब विच आया है वह पुरख वाचक। पढ़ के देख लियो, खोज के देख लियो। जिन्ना असीं श्री गुरु ग्रंथ साहिब नूं खोजने उन्ने भेद खुलदे ने। सो इसलिए आपां इह वेखना है कि इस मूल मंत्र दे अंदर आए हुए जिहड़े बेसिक गुण ने ਉਹ ਹਰ ਇੱਕ ਦੇ ਨਾਲ ਇੱਕ ਲਫਜ਼ ਜਿਹੜਾ ਪਹਿਲਾਂ ਰੱਖ ਦਿੱਤਾ ਹੈ ਉਹ ਕਿਉਂ ਜੋੜਿਆ ਹੈ। ਸੋ ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।